ਹੈਲੋ ਦੋਸਤੋ, ਆਪਕਾ ਸਵਾਗਤ ਹੈ ਮੇਰੇ ਚੈਨਲ ਟੈਕ ਪੰਜਾਬੀ ਮੇਂ। ਅੱਜ ਆਪਾਂ ਗੱਲ ਕਰਾਂਗੇ ਕਿ ਇਹ ਦੇਖੋ ਕਿੰਨਾ ਜ਼ਿਆਦਾ ਫਰਕ ਇਹਦੇ। ਆਪਾਂ ਕਿਵੇਂ ਸੈੱਟ ਕਰ ਸਕਦੇ ਹਾਂ, ਇਹਦਾ ਕੰਟਰੋਲ ਕਰਨਾ ਬੜਾ ਜ਼ਿਆਦਾ ਔਖਾ ਹੋ ਜਾਂਦਾ ਰੋਡ 'ਤੇ। ਆਪਾਂ ਅੱਜ ਇਸ ਨੂੰ ਸੈੱਟ ਕਰਾਂਗੇ। ਇਹ ਆਪਾਂ ਜੈਕ ਖੋਲ ਲਿਆ, ਬਸ ਆਪਾਂ ਇਹਨੂੰ ਅੰਦਰ ਵਾਲਾ ਨਟ ਜਿਹੜਾ ਥੱਲੇ 27 ਨੰਬਰ ਦਿੰਦਾ ਉਹ ਆਪਾਂ ਖੋਲ ਲੈਣਾ। ਇਹ ਜਿਹੜਾ ਨਟ, ਅਤੇ ਫਿਰ ਆਪਾਂ ਜੈਕ ਸਾਰਾ ਬਾਹਰ ਕੱਢ ਕੇ ਫਿਰ ਕੰਮ ਕਰਾਂਗੇ। ਇਹ ਆਪਾਂ ਜੈਕ ਸਾਰਾ ਖੋਲਿਆ, ਬਸ ਸਿੰਪਲ ਉੱਪਰ ਚੱਕ ਕੇ ਆਪਾਂ ਬਾਹਰ ਕੱਢ ਲੈਂਦੇ ਹਾਂ। ਦੇਖੋ ਇਹਦੇ 'ਚ ਗੰਦ ਕਿੰਨਾ। ਇਹ ਆਪਾਂ ਸਾਰਾ ਕੁਛ ਹੀ ਨਵਾਂ ਪਾਵਾਂਗੇ। ਮੈਂ ਉੱਪਰ ਵਾਲੀ ਪਾਈਪਾਂ ਖੋਲ ਲੈਂਦਾ ਅਤੇ ਜੈਕ ਵੀ ਖੋਲ ਲੈਂਦਾ। ਜੇਕਰ ਤੁਹਾਨੂੰ ਨਹੀਂ ਪਤਾ ਕਿੱਦਾਂ ਖੋਲੀਦਾ, ਮੈਂ ਪਿਛਲੀ ਵੀਡੀਓ ਪਾਈ ਵੀ ਹੁੰਦੇ ਜਦੋਂ ਪਾਈਆਂ ਸੀ ਮੈਂ ਸੀਲਾਂ ਰਬਟਿੰਗ, ਉਹ ਦੇਖ ਲੈਣਾ। ਮੈਂ ਇਹਨੂੰ ਖੋਲ ਕੇ ਅਤੇ ਫਿਰ ਤੁਹਾਨੂੰ ਅੱਗੇ ਦੱਸਾਂਗਾ। ਇਹਨੂੰ ਪਹਿਲੇ ਉੱਪਰਲੇ ਸਪੈਸ਼ਲ ਨੂੰ ਖੋਲ ਲੈਣਾ, ਫਿਰ ਇਹਨੂੰ ਅੰਦਰ ਧੱਕ ਦੇਣਾ। ਇਹਨੂੰ ਅੰਦਰ ਧੱਕਣ ਤੋਂ ਬਾਅਦ ਇੱਕ ਇਹ ਲੋਕ ਹੁੰਦਾ ਸਾਈਡ 'ਤੇ, ਉਹ ਟੱਕ ਵਾਲਾ ਲੋਕ, ਇਹਨੂੰ ਬਾਹਰ ਕੱਢ ਲੈਣਾ। ਮੈਂ ਲੋਕ ਬਾਹਰ ਕੱਢ ਕੇ ਤੁਹਾਨੂੰ ਫਿਰ ਦੱਸਣਾ। ਲੋਕ ਆਪਾਂ ਕਰ ਲਿਆ ਟੇਢਾ, ਬਸ ਇਹਨੂੰ ਆਪਾਂ ਬਾਹਰ ਖਿੱਚ ਲੈਣਾ। ਬਸ ਜੀ, ਹੁਣ ਇਹ ਬਾਹਰ ਆ ਜਾਏਗਾ। ਇਹਨੂੰ ਸੱਟ ਮਾਰ ਕੇ ਆਪਾਂ ਬਾਹਰ ਕੱਢ ਲੈਣਾ। ਬਸ ਜੀ, ਲਓ ਜੀ, ਇਹ ਆਪਾਂ ਕੱਢ ਲਈ ਬਾਹਰ। ਇਹ ਆਪਣੇ ਕੋਲ ਰਹਿ ਗਿਆ ਖਾਲੀ, ਇਹਨੂੰ ਆਪਾਂ ਕਰ ਲੈਣਾ ਸਾਫ। ਤੇਲ ਹੈਗਾ ਇਹਦੇ 'ਚ, ਇਹ ਆਪਾਂ ਪਲਟ ਦਿੰਦਾ। ਹੁਣ ਆਪਾਂ ਇਹਨੂੰ ਸਾਫ ਕਰਕੇ ਅਤੇ ਇਹ ਆਪਾਂ ਨਟ ਬਾਹਰ ਕੱਢ ਲਵਾਂਗੇ।
ਪੰਨਾ ਟਨ ਦੇ ਚੋਂ ਬਾਹਰ ਕੱਢ ਲਿਆ। ਇੱਕ ਸਪੇਸਰ ਹੈ, ਇੱਕ ਨਾਟ ਸੀ। ਬਸ ਹੁਣ ਆਪਾਂ ਆਹ ਵੀ ਨਵਾਂ ਪਾਉਣਾ ਹੈ। ਇਹ ਬੜੀ ਜ਼ਿਆਦਾ ਢਿੱਲੀ ਹੋਈ ਪਈ ਹੈ। ਇੱਕ ਲੋਕ ਇਹਦੇ ਉੱਪਰ ਹੈਗਾ, ਆਪਾਂ ਕੱਢ ਲੈਂਦੇ ਹਾਂ, ਫਿਰ ਇਸ ਨੂੰ ਬਾਹਰ ਕੱਢਾਂਗੇ। ਇਹ ਦੇਖੋ, ਇਹ ਆਪਾਂ ਲੋਕ ਕੱਢ ਲਿਆ ਸੀ, ਉਸ ਤੋਂ ਬਾਅਦ ਆਪਾਂ ਇਹ ਵੀ ਕੱਢ ਲਈ। ਇਹ ਢਿੱਲੀ ਹੋ ਚੁੱਕੀ, ਇਹ ਆਪਾਂ ਨਵੀਂ ਪਾਵਾਂਗੇ। ਤੁਹਾਨੂੰ ਦੱਸਾਂਗੇ ਸਮਾਨ ਕਿੰਨੇ ਕਿੰਨੇ ਦਾ ਅਤੇ ਕੀ ਕੀ ਕਰਤਾ। ਅਤੇ ਇਹ ਦੇਖੋ, ਇਹ ਖਾਲੀ ਹੋ ਗਈ। ਹੁਣ ਆਪਾਂ ਇਹਦੇ ਸਮਾਨ ਪਾ ਦਿੰਦੇ ਹਾਂ ਨਵਾਂ ਲਿਆ ਕੇ। ਪਹਿਲੇ ਨੰਬਰ 'ਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਇਹ ਵਾਲੀ ਗੋਲੀ, ਜੋ ਆਪਾਂ ਹੁਣ ਬਾਹਰ ਕੱਢੀਏ। ਇਹਦਾ ਪ੍ਰਾਈਸ ਕੀ ਹੈ ਅਤੇ ਪਾਰਟ ਨੰਬਰ ਤੁਸੀਂ ਆਪ ਨੋਟ ਕਰ ਲੈਣਾ। ਇਹ ਇਹਦਾ ਪਾਰਟ ਨੰਬਰ ਹੈ ਅਤੇ ਇਹ ਇਹਦਾ ਪ੍ਰਾਈਜ਼ ਹੈ 300 ਰੁਪਇਆ। ਇਹ ਇੰਨਾ ਹੀ ਪ੍ਰਾਈਜ਼ ਸਾਨੂੰ ਲੱਗਿਆ ਏਜੰਸੀ 'ਚੋਂ ਲੈ ਕੇ ਆਏ ਸੀ। ਦੇਖ ਲਓ, ਅਤੇ ਪਹਿਲਾਂ ਇਹ, ਅਤੇ ਉਸ ਤੋਂ ਬਾਅਦ ਇਹ ਵਾਲਾ ਨਟ, ਜੋ ਬਿਨਾਂ ਇਹ ਟੇਡੀ ਤੋਂ, ਬਿਨਾਂ ਇਹ ਕੱਸਣ ਵਾਲੇ ਤੋਂ ਆਇਆ ਸੀ। ਇਕੱਲਾ ਨਟ ਹੀ ਆਇਆ ਸੀ, ਇਹਦੇ ਨਾਲ ਦਾ ਇਕੱਲਾ ਨਟ ਹੀ ਆਇਆ ਸੀ ਬਿਨਾਂ ਟੇਡੀ ਤੋਂ। ਇਹਦਾ ਪ੍ਰਾਈਸ ਹੈ ਜੀ, ਇਹਦਾ ਪਾਰਟ ਨੰਬਰ ਪਹਿਲਾਂ ਦੇਖ ਲਓ, ਇਹ ਪਾਰਟ ਨੰਬਰ ਹੈ ਅਤੇ ਇਹਦਾ ਪ੍ਰਾਈਸ 297 ਰੁਪਏ। ਇਹ ਵੀ ਏਜੰਸੀ 'ਚੋਂ ਲੈ ਕੇ ਆਏ ਸੀ, ਇਹ ਵੀ ਉਹੀ ਪ੍ਰਾਈਜ਼ ਪਿਆ ਸੀ ਸਾਨੂੰ। ਉਸ ਤੋਂ ਬਾਅਦ ਇਹ ਬੁਸ਼ ਜਿਹੜਾ ਆਪਾਂ ਕੱਢਿਆ, ਇਹ ਵਾਲਾ ਕੱਢਿਆ ਸੀ ਬੁਸ਼, ਉਹ ਇਹ ਬੁਸ਼ ਹੈ। ਇਹਦਾ ਪਾਰਟ ਨੰਬਰ ਹੈ 51029372, 5102972। ਇਹ ਵੀ ਬੁਸ਼ ਹੈ, ਇਹਦਾ ਪ੍ਰਾਈਜ਼ ਹੈਗਾ 220 ਰੁਪਏ ਦੇ ਲਗਭਗ ਹੀ ਹੈ। ਇਹ ਵੀ ਸਾਨੂੰ ਇਹਨਾਂ ਦੇ ਪਿਆ ਸੀ ਏਜੰਸੀ 'ਚੋਂ ਲੈ ਕੇ ਆਏ। ਬਸ ਇਹ ਆਪਾਂ ਸਮਾਨ ਲੈ ਕੇ ਆਏ ਹਾਂ, ਅਤੇ ਇੱਕ ਆਪਾਂ ਇਹ ਵਾਲੀ ਕੰਪਲੀਟ ਰੌਡ ਪਾ ਲੂੰਗਾ। ਇਹ ਦੇਖੋ, ਇਹ ਆਪਣੇ ਖਰਾਬ ਹੋ ਜਾਂਦੇ ਨੇ, ਇਸ ਕਰਕੇ ਆਪਾਂ ਇਹ ਕੰਪਲੀਟ ਰੌਡ ਲੈ ਕੇ ਆਈਏ। ਇਹ ਆਪਾਂ ਨੂੰ ਤਕਰੀਬਨ 1100-1200 ਦੇ ਕਰੀਬ ਪਈ ਹੈ। ਇਹ ਓਰੀਜਨਲ ਤਾਂ ਨਹੀਂ ਹੈਗੀ, ਪਰ ਇਹ ਸਪੈਸ਼ਲ ਹੋਲੈਂਡ ਦੀ ਰੌਡ ਹੈ। ਐਂਡ ਨਹੀਂ ਤਾਂ ਆਪਾਂ ਅੱਗੇ ਪਿੱਛੇ ਇਹ ਐਂਡ ਵੈਲਡਿੰਗ ਕਰ ਲੈਂਦੇ ਸੀ, ਕਟਾ ਕੇ ਕੋਈ ਵੈਲਡਿੰਗ ਕਰ ਲੈਂਦੇ ਸੀ ਐਂਡ। ਉਹ ਵੀ ਤੁਹਾਨੂੰ ਦੱਸ ਦਿਆਂਗੇ ਕਿਹੜਾ ਐਂਡ 'ਚ ਪੂਰਾ ਆ ਸਕਦਾ। ਉਹਦਾ ਤੁਹਾਨੂੰ ਮੈਂ ਜਿਹੜੇ ਐਂਡ ਮੈਂ ਲੈ ਕੇ ਆਉਣਾ, ਸਕੌਟ ਦੇ ਐਂਡ ਨੇ, ਉਹ ਪੂਰਾ ਆ ਜਾਏਗਾ, ਮਿਲ ਹੀ ਜਾਏਗਾ ਤੁਹਾਨੂੰ ਸਾਰੀ ਜਗ੍ਹਾ ਤੋਂ। ਮੈਂ ਫੋਟੋ ਲਗਾ ਦਿਆਂਗਾ ਵਿੱਚ ਉਹਦਾ। ਤਾਂ ਆਪਾਂ ਇਹਨੂੰ ਫਿੱਟ ਕਰ ਲੈਂਦੇ ਹਾਂ, ਪਹਿਲਾਂ ਬੁਸ਼ ਕਰ ਲੈਣਾ ਛੋਟਾ ਫਿੱਟ ਇਹ ਵਾਲਾ, ਅਤੇ ਫਿਰ ਮੈਂ ਤੁਹਾਨੂੰ ਦੱਸਦਾ ਅੱਗੇ ਜੀ। ਇਹ ਗੋਲੀ ਹੋ ਗਈ ਆਪਣੀ ਫਿੱਟ, ਹੁਣ ਆਪਾਂ ਇਹਦੇ ਉੱਪਰ ਲੋਕ ਪਾ ਦਿੰਦੇ ਹਾਂ। ਇਹ ਆਪਾਂ ਲੋਕ ਵੀ ਪਾ ਲਿਆ, ਬਸ ਇਹ ਆਪਣਾ ਕੰਮ ਨਿਬੜ ਗਿਆ। ਹੁਣ ਆਪਾਂ ਇਹ ਬੁਸ਼, ਇਹ ਨਟ ਰਹਿ ਗਏ,
ਅਤੇ ਇਹ ਆਪਣੇ ਇਹ ਰਹਿ ਗਈ ਰੋਡ, ਇਹ ਮੈਂ ਤੈਨੂੰ ਹੌਲੀ ਹੌਲੀ ਦੱਸੀ ਜਾਂਦਾ ਜਿੱਦਾਂ ਦਾ ਕਰਨਾ ਮੈਂ। ਇਹ ਇੱਕ ਵਾਰੀ ਬੁਸ਼ ਚੈੱਕ ਕਰ ਲੈਣਾ ਸਹੀ ਹੈ ਜੀ ਕਿੱਦਾਂ। ਇਹ ਆਪਣਾ ਨਟ ਹੋ ਗਿਆ ਫਿੱਟ ਅਤੇ ਥੱਲੇ ਗੋਲੀ ਦੇ ਵਿੱਚ ਬੁਸ਼ ਹੋ ਗਿਆ ਫਿੱਟ। ਆਪਾਂ ਪਹਿਲੇ ਇਹਨੂੰ ਕਰ ਲੈਂਦੇ ਹਾਂ ਫਿੱਟ, ਬਾਕੀ ਇਹ ਬਾਅਦ 'ਚ ਬੁੱਕੇ ਪਾਵਾਂਗੇ ਬਾਹਰੋਂ, ਇਹ ਬਾਅਦ 'ਚ ਪਾ ਲਾਂਗੇ, ਪਹਿਲਾਂ ਉਹਨੂੰ ਫਿੱਟ ਕਰ ਦਿੰਦੇ। ਸਾਰਾ ਕੰਪਲੀਟ ਹੁਣ ਆਪਾਂ ਇਹਨੂੰ ਜੈਕ ਫਿੱਟ ਕਰ ਦਿੰਦੇ ਹਾਂ। ਇਹਨੂੰ ਜਿਵੇਂ ਆਪਾਂ ਬਾਹਰ ਕੱਢਿਆ ਉਵੇਂ ਫਿੱਟ ਕਰ ਦੇਣਾ। ਇਹ ਲੋਕ ਤੇ ਪੈਸਾ ਦਾ ਧਿਆਨ ਰੱਖਣਾ ਵੀ ਕਿਸ ਤਰ੍ਹਾਂ ਉਹਨਾਂ ਦੇ ਪਿੱਛੇ। ਅਤੇ ਇਹਨੂੰ ਆਪਾਂ ਕਰ ਦਿੱਤਾ ਫਿੱਟ, ਦੇਖੋ ਇਸ ਤਰ੍ਹਾਂ। ਇਹ ਥੋੜ੍ਹੀ ਘਣੀ ਸੱਟ ਵੀ ਲਗਾਉਣੀ ਪੈ ਸਕਦੀ, ਕਿਉਂਕਿ ਜਿਵੇਂ ਆਪਾਂ ਬੋਕੇ ਨਵੀਂ ਪਾਈਏ ਤਾਂ ਇਹਨੂੰ ਸੱਟ ਵੀ ਲਗਾਉਣੀ ਪੈ ਸਕਦੀ ਪਹਿਲੇ ਨੂੰ। ਹੁਣ ਇਹਨੂੰ ਆਪਾਂ ਸੱਟ ਨਾਲ ਥੋੜ੍ਹਾ ਜਿਹਾ ਅੱਗੇ ਪਾ ਦੇਣਾ ਅਤੇ ਫਿਰ ਆਪਾਂ ਉਸ ਤੋਂ ਬਾਅਦ ਇਹਦੇ 'ਚ ਲੋਕ ਪਾ ਦੇਣਾ। ਉਹਨੂੰ ਸੱਟ ਮਾਰਨ ਲੱਗਿਆ ਵਿਚਕਾਰਲੀ ਰੋਡ ਨੂੰ ਸੱਟ ਨਹੀਂ ਵੱਜਣ ਦੇਣੀ, ਇਹ ਆਪਣਾ ਲੋਕ ਵੀ ਪੈ ਗਿਆ। ਹੁਣ ਆਪਾਂ ਇਹਨੂੰ ਬਾਹਰ ਖਿੱਚ ਲੈਣਾ। ਇਸ ਤਰ੍ਹਾਂ ਬਾਹਰ ਆ ਜਾਏਗਾ ਅਤੇ ਉਸ ਤੋਂ ਬਾਅਦ ਆਪਾਂ ਇਹਦੇ 'ਤੇ ਇਹ ਸਪੈਸਰ ਕਰ ਦੇਣਾ। ਇਹ ਆਪਾਂ ਫਿੱਟ ਕਰਕੇ ਚੈੱਕ ਕਰਕੇ ਵੇਖਿਆ ਬਿਲਕੁਲ ਸਹੀ ਕੰਮ ਕਰਦੇ ਪਏ, ਕੋਈ ਇਹਦੇ ਚੱਲ ਨਹੀਂ, ਕੋਈ ਲੀਕੀ ਨਹੀਂ ਹੈਗੀ, ਬਿਲਕੁਲ ਸਹੀ ਹੈ। ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਦਬਾ ਲਓ ਤਾਂ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਤਾ ਲੱਗਦਾ ਰਹੇ। ਥੈਂਕ ਯੂ ਦੋਸਤੋ ਵੀਡੀਓ ਵੇਖਣ ਲਈ।